ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਆਪਣਾ? ਹਰਪ੍ਰੀਤ ਸਿੰਘ। ਹਰਪ੍ਰੀਤ ਸਿੰਘ ਜੀ, ਕਿੱਥੋਂ ਦੇ ਰਹਿਣਾ ਜੀ? ਚੰਡੀਗੜ੍ਹ ਤੋਂ ਆਪਣਾ। ਇਹ ਭਾਈ ਸਾਹਿਬ ਕਾਫੀ ਦੇਰ ਤੋਂ ਆ ਰਹੇ ਨੇ ਜੀ ਇੱਥੇ। ਠੀਕ ਹੈ ਜੀ। ਤੇ ਬੜੀ, ਮੈਂ ਲੜਕੀ ਦਾ ਬਚੋਲਾ ਜੀ, ਸਾਨੂੰ ਬੜੀ ਖੁਸ਼ੀ ਹੋਈ ਜੀ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਦਰਬਾਰ ਚੋਂ ਬਹੁਤ ਹੀ ਵਧੀਆ ਕਾਰਜ ਕੀਤੇ ਜਾ ਰਹੇ ਨੇ ਜੀ। ਬਿਲਕੁਲ। ਤੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਾ ਕੁਬਜਾ, ਕੌਣ ਭਲੇ ਕੋ ਮੰਦੇ। ਗਰੀਬ ਲੜਕੀਆਂ ਦੀ ਸ਼ਾਦੀਆਂ ਕਰਦੇ ਆ, ਸਮਾਨ ਦਿੰਦੇ ਆ ਜੀ। ਠੀਕ ਹੈ। ਸੋ ਇਹਨਾਂ ਨੇ ਸਾਨੂੰ ਦੱਸਿਆ ਤੇ ਸਾਨੂੰ ਬੜੀ ਖੁਸ਼ੀ ਹੋਈ ਜੀ। ਠੀਕ ਹੈ। ਸੋ ਜਿਹੜਾ ਉਹਨਾਂ ਨੇ ਵਚਨ ਕੀਤਾ ਸੀ ਅੱਜ ਪੂਰਾ ਕੀਤਾ ਜੀ। ਠੀਕ ਹੈ। ਸੋ ਅਸੀਂ ਅੱਜ ਸਮਾਨ ਲੈਣ ਵਾਸਤੇ ਆਏ ਆ। ਦਰਬਾਰ ਦੇ ਵਿੱਚ ਆਏ ਹੋ ਜੀ, ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਤੁਹਾਨੂੰ ਦਰਬਾਰ ਦਾ ਜਿਹੜਾ ਸਿਸਟਮ ਹੈ, ਜਿਹੜਾ ਤੁਸੀਂ ਸਾਰਾ ਮਾਹੌਲ ਦੇਖਿਆ, ਤੁਹਾਨੂੰ ਕਿਵੇਂ ਦਾ ਲੱਗਿਆ? ਦੇਖੋ, ਸਿਸਟਮ ਤੇ ਬਹੁਤ ਹੀ ਵਧੀਆ ਹੈ। ਇੱਕ ਕਿਸੇ ਗਰੀਬ ਲੜਕੀ ਦਾ ਕਾਰਜ ਹੋ ਰਿਹਾ ਹੈ, ਬਿਲਕੁਲ। ਇਸ ਤੋਂ ਉੱਤੇ ਹੋਰ ਸਿਸਟਮ ਕਿਹੜਾ ਚਾਹੀਦਾ ਜੀ ਆਪਾਂ ਨੂੰ? ਜੀ, ਗਰੀਬ ਦਾ ਮੋਹ ਗੁਰੂ ਕੀ ਗੋਲ ਕੇ ਇਹੀ ਸਭ ਤੋਂ ਵੱਡਾ। ਬਿਲਕੁਲ ਜੀ, ਬਿਲਕੁਲ। ਤੇ ਸਾਈਂ ਜੀ ਨੂੰ ਤਾਂ ਅਸੀਂ ਆਪ ਦੇਖਦੇ ਹਾਂ ਕਿ ਜਿੱਦਾਂ ਫਤਿਹਗੜ੍ਹ ਸਾਹਿਬ ਵੀ ਕਿਵੇਂ ਉਹ ਪੈਦਲ ਯਾਤਰਾ ਕਰਦੇ ਨੇ ਜੀ, ਬਹੁਤ ਹੀ ਵਧੀਆ ਸੰਗਤਾਂ ਨੂੰ ਜੋੜ ਰਹੇ ਨੇ। ਜਿਹੜਾ ਕੋਈ ਵੀ ਧਰਮ ਦਾ ਬੰਦਾ ਆਉਂਦਾ ਜੀ, ਉਹਨੂੰ ਉਸ ਧਰਮ ਦੇ ਨਾਲ ਜੋੜਿਆ ਜਾ ਰਿਹਾ ਜੀ, ਬਹੁਤ ਵਧੀਆ ਉਪਦੇਸ਼ ਹੈ ਜੀ। ਠੀਕ ਹੈ ਜੀ। ਤੇ ਤੁਸੀਂ ਹੁਣ ਖੁਸ਼ ਹੋ ਜੀ? ਹਾਂਜੀ ਹਾਂਜੀ। ਤੇ ਭੈਣ ਦਾ ਵਿਆਹ ਕਦੋਂ ਹੈ ਜੀ? ਇਹ 15 ਤਰੀਕ ਦਾ ਜੀ। 15 ਤਰੀਕ ਦਾ ਵਿਆਹ ਹੈ ਤੇ ਸਮਾਨ ਤੁਹਾਨੂੰ ਹੁਣ ਸਾਰਾ ਦੇ ਦਿੱਤਾ ਗਿਆ ਜੀ? ਹਾਂਜੀ ਹਾਂਜੀ ਹਾਂਜੀ, ਆਹ ਸਾਹਮਣੇ ਪਿਆ ਜੀ ਤੁਹਾਡੇ ਸਮਾਨ ਜੀ। ਠੀਕ ਹੈ। ਤੇ ਬਹੁਤ ਹੀ ਭੈਣ ਨੇ ਖੁਸ਼ ਨੇ ਜੀ ਹੁਣ? ਹਾਂਜੀ ਹਾਂਜੀ। ਠੀਕ ਹੈ, ਥੈਂਕ ਯੂ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕ। ਠੀਕ ਹੈ। ਸਾਰੇ ਪਰਿਵਾਰ ਵੱਲੋਂ ਇਸ ਮਦਦ ਦੇ ਲਈ ਸਾਈਂ ਸੁਰਿੰਦਰ ਸ਼ਾਹ ਜੀ ਬਾਕਰ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਜੀ।